ਇੱਕ ਕੱਪ ਮੈਂ ਦੀਦੀ ਹੁਣਾਂ ਦਾ ਤੋੜਤਾ ਤੇ ਦੀਦੀ ਨਾ ਸੱਚ ਕੱਪ ਕਹਿੰਦੀ ਗਲਾਸ ਤੋੜਤਾ ਮੇਰੇ ਕੋਲ ਟੁੱਟ ਗਿਆ ਇੱਕ ਗਲਾਸ ਮੈਂ ਤੇ ਤੁਹਾਡਾ ਫਾਇਦਾ ਬੇਚਾਰੇ ਨਾ ਬੰਦੇ ਟੇਢੇ ਉਹ ਪਏ ਬੈਠਦੇ ਵੀ ਅਸੀਂ ਪ੍ਰਾਹੁਣੇ ਆਏ ਆ ਗਰੀਬਣੀ ਨੇ ਮੈਨੂੰ ਪਤਾ ਨੀ ਦੱਸਿਆ ਸੋਨੂ ਮੰਮਾ ਨੇ ਨਵਾਂ ਫੋਨ ਲੈ ਲਿਆ ਰੀਅਲਮੀ ਦਾ ਮੈਂ ਕਿਹਾ ਅੱਛਾ ਪਾਪਾ ਆ ਰਹੇ ਨੇ ਬਸ ਅੱਛਾ ਸੈਕਿੰਡ ਹੈਂਡ ਲਿਆ ਮੈਂ ਕਿਹਾ ਕਿਤੇ ਤੁਸੀਂ ਨਵਾਂ ਲਿਆ ਅੱਛਾ ਮੈਂ ਤੇ ਤੁਹਾਡਾ ਫਾਇਦਾ ਕਰਨ ਦੀ ਵੀ ਚੱਲ ਭਾਂਡੇ ਭੁੰਡੇ ਮਾਂ ਨੀ ਕਰਦਾ ਮੈਨੂੰ ਕੀ ਪਤਾ ਨੁਕਸਾਨ ਹੋ ਜਾਣਾ ਮੈਂ ਤੁਹਾਡਾ ਆ ਕੇ ਦੋ ਸੂਟ ਵੀ ਪਤਾ ਮੁੱਕ ਕਰਤੇ ਪਰ ਕਿੰਨਾ ਤੁਹਾਡਾ ਮੈਂ ਫਾਇਦਾ ਕਰਾਇਆ ਆ ਕੇ ਨਹੀਂ ਮੈਂ ਯਾਰ ਕੱਠਾ ਕੁੱਠਾ ਕਰਕੇ ਰੱਖਿਆ ਗਾਹ ਬੜਾ ਪਿਆ ਸੀ ਨਹੀਂ ਨਹੀਂ ਦੀਦੀ ਉਹਦੇ ਆਪਣਾ ਭੇਜੀ ਹਾਂ ਇਹਦਾ ਕੀ ਨਹੀਂ 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 ਆਪੇ ਮੰਮਾ ਰੱਖ ਦੂਗੀ ਦੀਦੀ ਨਾ ਹਾਂ ਆ ਕੇ ਕਹਿੰਦਾ ਪ੍ਰਾਹੁਣੇ ਆਏ ਪਾਣੀ ਪੂਣੀ ਲਿਆਓ ਮੰਮਾ ਨੂੰ ਮਿਲਿਆ ਤਾਂ ਹੈ ਨੀ ਤੁਸੀਂ ਮਿਲੋ ਮੰਮਾ ਨੂੰ ਮਿਲੋ ਯਾਰ ਅੱਗੇ ਤੇ ਕਰ ਦੋ ਮੰਮਾ ਨੂੰ ਅੱਜ ਧਾਰੀਵਾਲ ਤੋਂ ਆਪਣੇ ਤੰਦੋਈ ਤੋਂ ਫੋਨ ਆਇਆ ਅੱਛਾ ਅੱਛਾ ਜੀ ਕੀ ਕਹਿੰਦੇ ਕਹਿੰਦੇ ਪਛਾਣੋ ਕੌਣ ਮੈਂ ਬੋਲਣ ਤੇ ਮੈਂ ਸਾਡੇ ਤੁਸੀਂ ਆਪਣੇ ਏਰੀਆ ਦੇ ਰਹੇ ਹੋ ਮੈਂ ਮੇਰੀ ਭੈਣ ਹੀ ਬੋਲਣ ਦੀ ਮੈਂ ਮੇਰੇ ਪੇਕਿਆਂ ਤੋਂ ਕਹਿੰਦੇ ਧਾਰੀਵਾਲ ਨਹੀਂ ਤੰਦੋਈ ਅੱਛਾ ਤੰਦੋਈ ਤੰਦੋਈ ਉਹ ਪੰਭੋਈ ਤੇ ਤੰਦੋਈ ਨੇੜੇ ਹੀ ਨੇ ਸਾਡੇ ਮੈਂ ਕਿਹਾ ਫਿਰ ਉਹ ਮੈਂ ਗੱਡੀ 'ਚ ਹਾਂ ਮੈਂ ਕਿਹਾ ਮੈਂ ਘਰ ਜਾ ਕੇ ਤੁਹਾਨੂੰ ਮੈਸੇਜ ਕਰਾਂਗੀ ਫਿਰ ਆਪਾਂ ਗੱਲ ਕਰਾਂਗੇ ਬਸ ਉਦਾਂ ਸਿੱਟੀ ਜਿੱਦਾਂ ਤੈਨੂੰ ਕਿਹਾ ਆ ਯਾਰ ਤੂੰ ਯਾਰ ਮੇਰੀ ਗੱਲ ਸੁਣ ਪਹਿਲਾਂ ਇਹਨੂੰ ਥੱਲੇ ਪਹਿਲਾਂ ਯਾਰ ਥੋੜਾ ਨੀਚੇ ਹੋ ਗਿਆ ਨਾ ਤੂੰ ਤੇਰਾ ਠੱਪਾ ਪੈਂਦਾ ਉੱਥੇ ਜਾ ਕੇ ਉੱਥੇ ਇੱਥੋਂ ਇਹਨੂੰ ਐਂ ਸਿੱਟ ਦੇ ਨਹੀਂ ਚੱਲ ਫਿਰ ਕਿਹੜੇ ਤੈਨੂੰ ਕਹਿਣਾ ਇੱਥੇ ਆ ਇੱਥੇ ਵੀ ਰੱਖ ਤੇ ਨੀਚੇ ਉਸ ਚੱਲ ਜਾ ਰੇਸ ਦੇ ਹੈਲੋ
ਹੁਕਮਾ ਚੱਲ 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 ਜਲਦੀ 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 ਚੱਲ ਜੰਪ ਕਰ ਚੱਲ ਜੰਪ ਕਰ ਜੰਪ ਚੱਲ ਓਏ ਚੱਲ 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 ਜੰਪ ਕਰ ਜੰਪ 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 ਚੱਲ 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 ਟਾਈਮ ਆਫ ਹੋ ਗਿਆ ਚੱਲ 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 ਆਇਆ ਹੋ ਜਾਓ ਲੋ ਜੀ ਬਾਜ਼ਾਰ ਜਾਣਾ ਸੂਟ ਮੈਂ ਤੁਹਾਨੂੰ ਕੱਲ ਕਿਹਾ ਸੀ ਵੀ ਮੈਂ ਇੱਕ ਹੀ ਲੈ ਕੇ ਆਈ ਹਾਂ ਤੇ ਆਪਾਂ ਨੇ ਫੇਰ ਉਹੀ ਸੂਟ ਪਾ ਲਿਆ ਅੱਜ ਹੀ ਚੱਲੇ ਸਾਰੇ ਜਾਣੇ ਪਿੰਡ ਤੇ ਕੁਛ ਕੁ ਬੰਦੇ ਅਜੇ ਵੀ ਸੁਸਤੀ ਪਾ ਕੇ ਫਿਰਦੇ ਨੇ ਤੇ ਅੱਜ ਪਹਿਲੀ ਵਾਰੀ ਹੋਇਆ ਕਿ ਅਸੀਂ ਭਾਜੀ ਦੇ ਨਾਲੋਂ ਪਹਿਲਾਂ ਤਿਆਰ ਹੋ ਗਈਆਂ ਮੈਂ ਤੇ ਦੀਦੀ ਤੇ ਭਾਜੀ ਅੱਜ ਕਰ ਰਹੇ ਨੇ ਭਾਜੀ ਤੋਰੀ ਨੀ ਦੇ ਛੇਤੀ ਕਰੋ ਗਰਮੀਆਂ ਚ ਗਰਮ ਰੁਮਾਲ ਫੜੇ ਦੀਦੀ ਫਿਰ ਮੈਂ ਨਾ ਫੜ ਲੈਂਦੀ ਫੜ ਲੋ ਪਾ ਲੋ ਚਾਲ ਆ ਲੋ ਮੋਢੇ ਤੇ ਪਾ ਕੇ ਤੁਸੀਂ ਮੈਂ ਤਾਂ ਇਹਨੂੰ ਹੁਣ ਸਕੂਲ ਲੈ ਕੇ ਜਾਣ ਲੱਗ ਗਈ ਮੈਂ ਜਾਣਾ ਨੀ ਆਉਣਾ ਨੀ ਕਿਤੇ ਰੱਖ ਛੱਡੀ ਦਾ ਸਮਾਨ ਵੀ ਛੱਡ ਪਰਾਂ ਜਾਵਾਂਗੇ ਤੁਹਾਡੇ ਪਰਸ ਮੇਰੇ ਪਰਸ ਚ ਆ ਵਾਲੇ ਚ ਆਹ ਡੱਬਾ ਤਾਂ ਲੈ ਕੇ ਜਾਣਾ ਤੇ ਅੱਜ ਅਸੀਂ ਚੱਲੇ ਹਾਂ ਜੀ ਸ਼ੋਪਿੰਗ ਕਰਨ ਅਸੀਂ ਰਾਜੇ ਨੂੰ ਤੇ ਸਿੰਮੂ ਨੂੰ ਸਮਾਨ ਭੇਜਣਾ ਹੋਇਆ ਪਿੰਨੀ ਆ ਤੇ ਬਲਿੰਦਰ ਸਿੰਘ ਜੀ ਤਾਂ ਕਹਿੰਦੇ ਸੀ ਵੀ ਨਹੀਂ ਗਗਨ ਥੋੜਾ ਟਾਈਮ ਮੈਂ ਆ ਜਾਣਾ ਤੇ ਤੁਸੀਂ ਮੈਨੂੰ ਨਾ ਭੇਜਿਓ ਤੇ ਵੈਸੇ ਮੈਂ ਬਲਿੰਦਰ ਨੂੰ ਪੁੱਛੂੰਗੀ ਇੱਕ ਵਾਰੀ ਟਾਈਮ ਲੱਗਦਾ ਕਿੰਨਾ ਹੋ ਗਿਆ ਬਲਿੰਦਰ ਪਤਾ ਨਹੀਂ ਜੇ ਉੱਠਿਆ ਹੋਣਾ ਕਿ ਨਹੀਂ ਉੱਠੇ ਹੋਣੇ ਜਦੋਂ ਉੱਠਣਗੇ ਤਾਂ ਪੁੱਛਾਂਗੇ ਬਲਿੰਦਰ ਨੂੰ ਫੋਨ ਕਰਕੇ ਵੀ ਭਾਈ ਕੁਛ ਚਾਹੀਦਾ ਤੇ ਦੱਸੋ ਫਿਰ ਆਪਾਂ ਉਹਦੇ ਵਾਸਤੇ ਵੀ ਸ਼ੋਪਿੰਗ ਕਰ ਲਾਂਗੇ ਫਿਰ ਉਹਨਾਂ ਵਾਸਤੇ ਵੀ ਸ਼ੋਪਿੰਗ ਕਰ ਲਾਂਗੇ ਫਿਰ ਫਿਰ ਕਹਿੰਗੇ ਬੋਲਦੇ ਤੇ ਬਾਹਰ ਨਾ ਥੋੜ੍ਹਾ ਮੈਨੂੰ ਐਂ ਲੱਗ ਰਿਹਾ ਵੀ ਜਿਵੇਂ ਬੱਦਲ ਜਿਹਾ ਬਣਿਆ ਹੁੰਦਾ ਹਨਾ ਦੀਦੀ ਹਲਕਾ ਹਲਕਾ ਦੀਦੀ ਗੱਡੀ ਕਢਾ ਜਾ ਕੇ ਭਾਜੀ ਦੀ ਡਰਾਈਵਰੀ ਇਹੋ ਜਿਹੀ ਹੋਈ ਹੈ ਦੇ ਭਾਜੀ ਨੂੰ ਕਿੱਡਾ ਕਿੱਡਾ ਚਾ ਦੇ ਮੋਢੇ ਤੇ ਕਿੱਡਾ ਪਾਇਆ ਟਿਕਾ ਕੇ ਪਰਸ
ਹੁੰਦਾ ਹੈਗਾ ਡਰਾਈਵਰ ਸਾਹਿਬ, ਅੱਜ ਭਾਜੀ ਨੂੰ ਕੰਮ ਨਹੀਂ ਨਾ ਹੈਗਾ ਤੇ ਅੱਜ ਭਾਜੀ ਸਾਨੂੰ ਲੈ ਕੇ ਚੱਲੇ ਗੱਡੀ ਤੇ ਨਹੀਂ ਤੇ ਗਮਲੇ ਰੱਖਣੇ ਏਦਾਂ ਘਰ ਸਜਾਣਾ। ਹਾਂ ਜਮੇ ਨੀ ਐਵੇਂ ਲੱਗਦਾ ਕੌੜੀਆਂ ਨੀ ਦਾਲ ਨਾ ਨੀ ਖਾਂਦੇ ਮੂੰਗੀ ਮਸਤੀ ਦਾਲ ਬਣਾ ਬੜੀਆਂ ਸਵਾਦ ਲੱਗਦੀਆਂ ਨੇ ਭਾਈਆ। ਸਾਡਾ ਭਾਈ ਐਡਾ ਕੱਚਾ ਡਰਾਈਵਰ, ਐਡਾ ਕੱਚਾ ਡਰਾਈਵਰ ਨਹੀਂ ਡਰਾਈਵਰ ਤਾਂ ਪੱਕਾ ਸਲੋ ਬੋਲਦਾ। ਦੇਖ ਲਓ ਦੀਦੀ ਕਿਤੇ ਸੁਣਦੀ ਕਿਤੇ ਨੈਗੇਟਿਵ ਭਾਜੀ ਬਾਰੇ ਤੇ ਇਹ ਸਲੋ ਨੇ ਭਾਜੀ ਤਾਂ ਹੀ ਕੱਚੇ ਡਰਾਈਵਰ ਨੇ, ਜਿਹੜੇ ਪੱਕੇ ਡਰਾਈਵਰ ਹੁੰਦੇ ਨੇ ਮਿੰਟ ਲਾਉਂਦੇ ਨੇ ਉਹ। ਮੈਂ ਉਨੀ ਦੇਰ ਤੱਕ ਭੱਜ ਕੇ ਗੇਟ ਖੋਲ੍ਹ ਕੇ ਆਵਾਂ ਕਿਤੇ ਭਾਜੀ ਮੇਰੇ ਵਿੱਚ ਗੱਡੀ ਨਾ ਮਾਰ ਦੇ ਲਿਆ ਕੇ। ਦੇਖੋ ਹੋ 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 ਇੱਕ ਸੱਚ ਮੇਰੀ ਭੈਣ ਮੈਨੂੰ ਕਹਿੰਦੀ ਭੈਣੇ ਤੇ ਤੂੰ ਟਾਈਮ ਬਾਅਦ ਨਾ ਤੂੰ ਆਪਾਂ ਟਾਈਮ ਬਾਅਦ ਸੂਟ ਲਿਆਉਂਦੀ ਤਾਂ ਤੈਨੂੰ ਖੁਸ਼ੀ ਹੁੰਦੀ ਬੜੀ। ਹਾਂ ਇਹ ਵੀ ਗੱਲ ਸਹੀ ਉੱਦਾਂ। ਟੀਵੀ ਦਾ ਰਿਮੋਟ ਕਿੱਥੇ ਹੈ? ਉੱਧਰ ਟੀਵੀ ਦਾ ਰਿਮੋਟ ਦੇ ਬੈਠ ਕੇ ਜਾਂ ਉਹਦੇ ਵਿੱਚ ਕੰਪਿਊਟਰ ਟੇਬਲ 'ਚ ਦੇਖ। ਕੰਪਿਊਟਰ ਟੇਬਲ 'ਚ ਦੇਖ ਲਓ ਪੁੱਤ, ਆਹ ਵਿੱਚੋਂ ਨਿਕਲੂਗਾ ਕੁੰਡਾ ਜਿਹਾ। ਫੋਨ 'ਚ ਪਾ ਲਓ। ਲਓ ਜੀ ਫਾਈਨਲੀ ਗੱਡੀ ਨਿਕਲ ਹੀ ਆਈ ਹੈ। ਨਾਨੀ ਦੇ ਫੋਨ 'ਚ ਕਰ ਲਓ, ਇੱਧਰ ਕੰਮ ਖਰਾਬ ਹੋ ਚੱਲਾ ਸੀ, ਗੱਡੀ ਸਾਈਡ ਤੋਂ ਲੱਗ ਜਾਣੀ ਸੀ, ਗੇਟ ਖੁੱਲ੍ਹ ਚੱਲਾ ਸੀ। ਬੇਟਾ ਨਾਨੀ ਦੇ ਫੋਨ 'ਚ ਪਾ ਲਓ ਰਿਮੋਟ। ਨਹੀਂ ਆ ਜਾਊਗਾ, ਉਹਨੂੰ ਤੰਮੂ ਦੀਦੀ ਨੂੰ ਕਹਿ। ਚੰਗਾ ਪਹਿਲੀ ਵਾਰੀ ਚੱਲੀ ਆ ਤਾਰ ਭਾਜੀ ਦੇ ਨਾਲ ਬਾਜ਼ਾਰ। ਓ ਮਾਈ ਗੋਡ, ਅੱਛਾ ਦੀਵਾਲੀ ਨੂੰ ਕੀ ਜਲੂਸ ਨਿਕਲਿਆ ਸੀ। ਹਾਂ ਉਦੋਂ ਬਾਅਦ ਮੈਂ ਸੌਂ ਪਾਈ ਵੀ ਮੈਂ ਜਾਣਾ ਨਹੀਂ ਹੈਗਾ। ਮੈਂ ਅੱਜ ਨਹੀਂ ਆਗੀ ਤਾਂ ਉਹ ਕੰਮ ਹੋ ਜਾਏ। ਅੱਜ ਨਾ ਹੋ ਜੇ, ਅੱਜ ਉਹ ਕੰਮ ਹੋਇਆ ਮੈਂ ਤਾਂ ਜ਼ਿੰਦਗੀ 'ਚ ਕਦੀ ਨਹੀਂ ਜਾਂਦੀ ਭਾਜੀ ਦੇ ਨਾਲ। ਤੁਸੀਂ ਕਿੰਨੇ ਮੂੰਹ ਦੀ ਕਰਤੀ ਕੀ ਪਤਾ, ਜੇ ਮੇਰੇ ਭਾ ਖੁੱਲੇ ਨੇ ਭਾ ਖੁੱਲਣ ਨੂੰ ਤੇ ਮੈਂ ਕਹਿੰਦੀ ਲੈ ਮੇਰਾ ਭਰਾ ਮੇਰੇ ਨਾਲ ਚੱਲਦਾ ਫਿਰ ਮੇਰੇ ਭਾ ਖੁੱਲੇ ਨਹੀਂ ਹੈਗੇ। ਮੈਂ ਸ਼ਾਪਿੰਗ ਕਰ ਖਾਂ ਉਦੋਂ ਭਰਾ ਨੇ ਬਿਸਕੁਟ ਦੇ ਤੇ ਮੈਨੂੰ 20 ਗੱਲਾਂ ਸੁਣਾਤੀਆਂ। ਆ ਮੇਰੇ ਪਰਸ 'ਚ 100 ਰੁਪਈਆ, ਮੈਂ ਅੱਜ ਕੀ ਮੰਗਣਾ ਬਾਜ਼ਾਰ 'ਚੋਂ, ਮੈਂ ਤੇਰੇ ਰੁਪਈਏ ਦੀ ਚੀਜ਼ ਮੰਗਦੀ ਤੁਹਾਡੇ ਕੋਲੋਂ। ਤੇਰੇ ਨੇ ਉਹਨੇ ਫਤਿਹ ਨੇ ਤੋੜਤਾ ਉਹ ਫੁਰਕਣ ਵਾਲਾ ਹੱਥ ਜਿਹਾ, ਤੇ ਭਰਾ 20 ਰੁਪਈਏ ਮੰਗਣ ਦਾ। ਭਰਾ ਨੇ ਏਡੀ ਸ਼ਰਮ ਲਾਤੀ, ਭਰਾ ਮੈਨੂੰ ਕਹਿ ਰਿਹਾ ਗਗਨ 20 ਰੁਪਈਏ ਦੇ ਕੇ ਜਾ, ਤੇਰੇ ਮੁੰਡੇ ਨੇ ਆਹ ਤੋੜਤਾ। ਲੈ ਦੱਸ ਆਹ ਗੱਲਾਂ ਨੇ ਭਰਾ ਦੀਆਂ, ਇਹ ਭਰਾ ਡੁੱਬਦੇ ਵਾਹ ਨਹੀਂ ਕਹਿੰਦੇ ਹੈਗੇ। ਖੂਨ ਚਿੱਟਾ ਹੋ ਗਿਆ ਅੱਜ ਕੱਲ੍ਹ ਕੋਈ ਪ੍ਰੇਮ ਪਿਆਰ ਕੋਈ ਨੀ ਰਿਹਾ ਹੈਗਾ, ਨਹੀਂ ਕਾਲਾ ਹੀ ਹੋ ਗਿਆ। ਸਹੀ ਗੱਲ ਹੈ, ਕਾਲਾ ਪੀਲਾ ਹੀ ਹੋਇਆ ਪਿਆ। ਕੂਲਿੰਗ ਮੇਰੇ ਪੈਰਾਂ ਨੂੰ ਹਵਾ ਪਈ ਹੈ ਠੰਡੀ। ਅਵਤਾਰ ਕਿਲਾ ਮਾਰਕੀਟ ਚ ਗੱਡੀ ਲਾ ਕੇ ਨਾ ਆਪਾਂ ਉੱਥੇ ਹੀ ਤੁਰ ਕੇ ਬਾਜ਼ਾਰ ਚ ਵੜ ਜਾਾਂਗੇ। ਠੀਕ ਹੈ ਉੱਥੋਂ ਨੇੜੇ ਹੀ ਹੈ, ਨਹੀਂ ਜਿਹੜੀ ਦੁਕਾਨ ਤੇ ਹੁਣ ਤੁਸੀਂ ਕਹਿੰਦੇ ਹੋ ਉਹ ਕਿੱਥੇ ਜੀ? ਉੱਥੇ ਹੀ ਉਸੇ ਬਾਜ਼ਾਰ ਚ ਹੀ ਹੈ। ਮੈਨੂੰ ਚੱਕਰ ਚੁੱਕਰ ਨਾ ਆ ਜਾਣਾ। ਲੋ ਜੀ ਪਾਣੀ ਆ ਗਿਆ ਆਪਣੇ ਹੱਥ, ਉਧਰ ਵੀ ਬੰਦੇ ਨੇ ਕੈਮਰਾ ਫੜਿਆ ਹੋਇਆ।
ਗੁੱਡ ਨਿਊਜ਼ ਅੱਜ ਇੱਕ ਮੈਂ ਚਾਰਜਰ ਲਿਆਈ ਆਈ ਆਪਣਾ ਆਈਫੋਨ ਦਾ। ਮੈਂ ਮੋਹਿਤ ਭਈਆ ਨੂੰ ਕਿਹਾ, ਮੈਂ ਮੋਹਿਤ ਭਈਆ ਕੁਛ ਮਰਜ਼ੀ ਕਰੋ ਮੈਨੂੰ ਚਾਰਜਰ ਦਿਓ। ਮੈਂ ਕਿਹਾ ਤੁਸੀਂ ਫਤਿਹ ਕਹਿੰਦੇ ਨਾਨੀ ਬਹੁਤ ਰੌਲਾ ਪਾਉਂਦੀ ਸੀ, ਨਾਨੀ ਨੇ ਸਹੀ ਗੱਲ ਕਹੀ ਸੀ। ਹਾਂਜੀ ਥੱਕ ਗਏ ਮੰਮੀ ਹੋਣੀ ਤੇ ਥੱਕ ਗਏ ਸਾਨੂੰ ਡੀਕ ਡੀਕ ਗੱਡੀ 'ਚ ਬਹਿ ਕੇ। ਸਾਨੂੰ ਫੋਨ ਵਾਲੀ ਦੁਕਾਨ 'ਤੇ ਬਹੁਤ ਟਾਈਮ ਲੱਗ ਗਿਆ। ਸਹੀ ਤਾਂ ਹੈਗਾ ਹੁਣ ਨਾ, ਹੁਣ ਤਾਂ ਸਹੀ ਹੈ। ਹਾਂ ਹੁਣ ਤਾਂ ਨੀ ਲੱਗਦਾ ਹੈਗਾ, ਹੁਣ ਤਾਂ ਸਹੀ ਹੈ। ਆ ਫੜਾਈ ਦੀਦੀ ਭਾਜੀ ਨੂੰ ਪਾਣੀ, ਆਹ ਗਲਾਸ ਕੀ ਆ ਕੱਢ ਦੋ ਪੁੱਤਰੀ ਹੁਣ ਕੀ ਕੀ ਯਾਰ ਬੰਨ ਲਈ ਕੋਈ ਨੀ, ਦੇਖੀ ਆਉਂਦੇ ਹੀ ਲੱਗ ਗਿਆ ਪਰਨੇ ਨੂੰ। ਪਾ ਦੋ ਪਾ ਦੋ, ਅੱਜ ਅਮਨੇ ਗੱਡੀ ਚਲਾ ਕੇ ਆਇਆ। ਕੱਲ ਉਹਨਾਂ ਨੂੰ ਕਹਿੰਦਾ ਮੈਂ ਪ੍ਰਾਹੁਣਾ ਆਇਆ ਮੇਰੀ ਸੇਵਾ ਕਰੋ, ਕਹਿੰਦਾ ਅੱਜ ਇਹਨੇ ਗੱਡੀ ਚਲਾਈ ਨਾ ਰਸਤੇ ਚ, ਆਂਟੀ ਨੇ ਪਹਿਲਾਂ ਦੇਖ ਲਿਆ, ਫਿਰ ਆਂਟੀ ਨੇ ਆਪਣੇ ਮੁੰਡੇ ਨੂੰ ਕਿਹਾ ਕਿ ਥੋੜਾ ਮਤਲਬ ਬਾਈਕ ਹੌਲੀ ਕਰ। ਉਹਨਾਂ ਨੇ ਦੇਖਿਆ, ਉਹਨਾਂ ਨੂੰ ਇਹ ਵੀ ਕਿਤੇ ਇਹ ਚਲਾ ਰਿਹਾ ਤੇ ਗੋਦੀ ਚ ਬੈਠਾ ਪਾਪਾ ਦੀ।